बिस्मिल्लाह रहमान रहीम। सब बहन भाइयों का अस्सलाम वालेकुम। उम्मीद करती हूँ कि सब खैर खरीत से होंगे। अल्हम्दुलिल्लाह अल्हम्दुलिल्लाह जी, हम भी खैर खरीत से हैं। अल्लाह पाक सबको हमेशा खुश रखे, शादो आबाद रखे और ढेरों खुशियाँ दे। तो इसी के साथ करती हूँ जी आज की वीडियो शुरू। वीडियो शुरू करने से पहले सब बहन भाइयों से हमेशा की तरह मेरी रिक्वेस्ट है कि प्लीज़ मेरी वीडियो को लाइक करना, शेयर करना और मेरे चैनल को सब्सक्राइब करना और मेरी वीडियो को फुल वॉच करना। तो चलते हैं जी नेक्स्ट वीडियो की तरफ। आज की वीडियो शुरू करते हैं। आज की वीडियो मेरी कुछ जो है, आज की वीडियो मेरी कुछ जो है कि बच्चे माशाल्लाह जी खेल रहे हैं, तो अपना काम अगला स्टार्ट करते हैं। रहमान रहीम जी, शाम का टाइम हो गया तो हूँ चनिया कट दिए। सबज चने से काफ़ी दिनों के पै सी रखते थे असं चार पाँच दिन नीचे, तो याद भुल गया से अज याद आया तो अज कट के ना पकान लगे हैं। प्याज भी ना बेच पा लिया, सब्ज मिर्चा भी, तो नाल ही मसाले पा दें, तो हर चीज़ इस तरह पाक रख दें। पानी खुशक हो गया तो फिर तड़का ला लेंगे, क्योंकि मामा मेरी ना काफ़ी तेज़ बुखार है, इस वास्ते वो कह रही मामा मेरा सर दबाओ। मेरे सर च बड़ी दर्द हो रही है, तो हर चीज़ कट्ठी पा के रख दें, फिर घी पा के ना तो तड़का लाने वाला रह जाएगा, बाकी सारा काम हो जाएगा साड़ा। थोड़ी कि मिर्ची होर पा दें, क्योंकि मिर्ची असी कम ही खाते, ज़्यादा नहीं खाते, ना बच्चे ज़्यादा खा सकते, ना मैं ही ज़्यादा खाती हूँ। हम उपरों बंद कर दें, रख दें चूल्हे पर, रख दी उपर हर चीज़ पा के हूँ लाने उपर सीटी सीटी इतने रखी है जी। चलो हम पकता रहे। कल लगे जी कमरा साफ कर, ਤੇ ਹੁਣ ਕੋਈ ਹੋਇਆ ਹੈ ਕੁਛ ਮੂੰਹ ਸਿਰੇ ਦਾ ਨਜ਼ਰ ਆਇਆ, ਬਾਕੀ ਹਜੇ ਕੱਪੜੇ ਮੇਰੇ ਪ੍ਰੈਸ ਕਰਨੇ ਹੋਏ ਪਏ, ਕੋਈ ਪ੍ਰੈਸ ਕਰਕੇ ਤੰਗ ਲਏ, ਬਾਕੀ ਕੋਈ ਰਹਿੰਦੇ ਆ ਜੀ। ਅਤੇ ਪਹਿਲੇ ਕਿਉਂਕਿ ਮਸ਼ੀਨ ਵੀ ਲਗਾਉਣੀ ਹੈ ਅਤੇ ਮਹਿਮਾਨ ਭੈਣ ਭਾਈ ਕੋਈ ਆ ਹੀ ਜਾਂਦਾ, ਮੈਂ ਕਿਹਾ ਪਹਿਲੇ ਸਫਾਈ ਕਰਕੇ ਨਾ ਸਾਰਾ ਕਮਰੇ 'ਚੋਂ ਸਾਰੀ ਮਿੱਟੀ ਛਿੱਟੀ ਕੱਢ ਲਾਂ, ਅਤੇ ਬਾਕੀ ਮਸ਼ੀਨ ਲਗਾ ਕੇ ਫਿਰ ਬਾਅਦ 'ਚ ਜਿਹੜੇ ਰਹਿੰਦੇ ਆ, ਕਿਉਂਕਿ ਬੱਚਿਆਂ ਦੇ ਵਿੱਚੋਂ ਯੂਨੀਫਾਰਮ ਦੇ ਬਟਨ ਛੱਟਣ ਵੀ ਤੋੜੇ ਆ, ਉਹ ਵੀ ਲਾਉਣੇ ਆ, ਅਤੇ ਸਿੱਧੇ ਪੱਧਰੇ ਸਾਰੇ ਕਰਕੇ ਅਤੇ ਫਿਰ ਬਾਕੀ ਦੇ ਹੋ ਗਏ ਆ, ਇੰਨੇ ਰਹਿ ਗਏ, ਅਤੇ ਹੁਣ ਲਗਾਉਣੀ ਹੈ ਮਸ਼ੀਨ, ਅਤੇ ਮਸ਼ੀਨ ਲਗਾ ਕੇ ਬਾਕੀ ਫਿਰ ਕਰਦੀ ਹਾਂ। ਕੱਪੜਿਆਂ ਦਾ ਖਲਾਰਾ ਖਤਮ ਹੋਏ ਤਾਂ ਫਿਰ ਜਾ ਕੇ ਦੂਸਰਾ ਕੋਈ ਹੋਣਾ ਹੈ, ਅਤੇ ਆਹ ਕੁਰਸੀ ਮੇਰਾ ਖਿਆਲ ਨੀਚੇ ਹੀ ਰੱਖਦਾ, ਇਹ ਨਾ ਇਹਦੀ ਵੀ ਲੱਤ ਟੁੱਟੀ ਹੋਏ ਰੱਖ ਦਿੰਦੇ ਹਾਂ, ਫਿਰ ਇੱਕ ਨੂੰ ਉਹਦੇ ਵਿੱਚ ਪਾ ਦਿਓ, ਇੱਕ ਨੂੰ ਕੁਰਸੀ ਦੇ ਵਿੱਚ ਉਹਦੇ ਪਾ ਦਿਓ। ਫਿਰ ਵੀ ਉਹ ਲੱਤਾਂ ਟੁੱਟਣੇ ਦਾ ਡਰ ਹੁੰਦਾ, ਕੋਈ ਬੰਦਾ ਬੈਠ ਹੀ ਜਾਂਦਾ 2 ਮਿੰਟ। ਅਤੇ ਇੱਧਰ ਹੁਣ ਸਟੈਂਡ ਰੱਖ ਲਿਆ ਨਾ, ਬਾਕੀ ਫਿਰ ਸਹੀ। ਇੱਥੇ ਜੀ ਸਾਡਾ ਡਰਮੀ ਜੋ ਖਤਮ ਹੋ ਗਿਆ ਹੈ, ਵਿੱਚ ਪਾ ਲੈਂਦੇ ਹਾਂ ਸਾਫ਼ ਕਰਕੇ। ਆਪਣਾ ਛੱਤ ਵੀ ਰੱਖੋ, ਛੱਤ ਤੇ ਸਾਨੂੰ ਰੱਖਣਾ
ਕੱਲ ਦਾ ਤੋੜਾ ਪਰਸੋਂ ਦਾ ਇੱਥੇ ਪਿਆਜ਼ ਬਾਕੀਆਂ ਨੇ ਉੱਤੇ ਦੇਖੋ ਖੁੱਲਦੀ ਨੀ ਪਈ ਰੱਸੀ ਨੀ ਖੁੱਲਦੀ ਪਈ ਆਟਾ ਸਾਡਾ ਪੈ ਗਿਆ ਹੁਣ ਕਰਦੇ ਹਾਂ ਸਾਫ਼ ਸਫਾਈ ਕੋਠਲਾ ਨਾ ਜਿਹੜਾ ਹੋਰ ਵਿੱਚ ਪੈਂਦਾ ਪੋਲਾ ਪੋਲਾ ਪਿਆ ਨਾ ਰਹਿਮਾਨ ਰਹੀਮ ਜੀ ਚਨਿਆਂ ਦੀ ਬੁਣਾਈ ਕਰਕੇ ਘੀ ਪਾ ਕੇ ਚਨਿਆਂ ਦੀ ਬੁਣਾਈ ਕਰ ਲਈ ਗਿਆ ਅੱਛੀ ਤਰ੍ਹਾਂ ਅਤੇ ਹੁਣ ਅਸੀਂ ਪਾਉਂਦੇ ਹਾਂ ਇਹਦੇ ਵਿੱਚ ਪਾਣੀ ਬਿਸਮਿਲ੍ਲਾ ਰਹਿਮਾਨ ਰਹੀਮ ਜੀ ਬੱਚਿਆਂ ਸਾਰਿਆਂ ਦੇ ਪੇਟ 'ਚ ਦਰਦ ਹੁੰਦੀ ਸ਼ੋਰਬਾ ਬਣਾ ਕੇ ਨਾ ਰੋਟੀਆਂ ਵਿੱਚ ਰੋਟੀ ਪੀ ਕੇ ਅਤੇ ਫਿਰ ਖਾ ਲੈਣਗੇ ਪਾਣੀ ਥੋੜ੍ਹਾ ਜਿਹਾ ਹੋਰ ਪਾ ਲੈਂਦੀਆਂ ਜਿਹੜਾ ਅੱਛੀ ਤਰ੍ਹਾਂ ਪੱਕ ਜਾਵੇ ਰਮਨ ਰਹੀਮ ਜੀ ਸ਼ਾਮ ਕਾ ਟਾਈਮ ਹੋ ਰਹਾ ਹੈ ਤੋ ਹਰ ਤਰਫ ਕੋਈ ਬਾਦਲ ਹੀ ਬਾਦਲ ਆ ਗਏ ਕੱਪੜੇ ਮੈਨੇ ਧੋ ਕੇ ਨਾ ਤਾਰ ਪੇ ਡਾਲੇ ਹੋਏ ਹੈ ਤੋ ਜੇ ਬਾਦਲੋ ਨੇ ਸਾਰਾ ਕੰਮ ਖਰਾਬ ਅੱਲਾ ਪਾਕ ਅਭੀ ਬਾਰਿਸ਼ ਨਾ ਦੇ ਤੋ ਬਿਹਤਰ ਹੈ ਕਿ ਜੋ ਜ਼ਿਮੀਂਦਾਰ ਹੈ ਉਹ ਆਪਣੀ ਗੰਧਾ ਵਗੈਰਾ ਉਠਾ ਲੇ ਅੱਲਾ ਕੀ ਮਰਜ਼ੀ ਹੈ ਨਾ ਅੱਲਾ ਜਹਾਂ ਰੱਖੇ ਤੋ ਅਭੀ ਕੱਪੜੇ ਮੇਰਾ ਖਿਆਲ ਮੈਂ ਗਿੱਲੇ ਆਈ ਦੀ ਛੱਤ ਪੇ ਚੈੱਕ ਕਰਨੇ ਕੇ ਲੀਏ ਲੇਕਿਨ ਪਹਿਲੇ ਮੇਰਾ ਖਿਆਲ ਮੈਂ ਬਾਰਿਸ਼ ਨਹੀਂ ਅਭੀ ਆ ਰਹੀ ਥੋੜ੍ਹੀ ਦੇਰ ਔਰ ਉੱਪਰ ਰੱਖਦੀ ਹਾਂ ਫਿਰ ਨੀਚੇ ਸੇ ਥਾ ਕੇ ਲੈ ਜਾਊਂਗੀ ਇੱਕ ਤਾਰ ਨੀਚੇ ਧੋ ਕੇ ਭਰੀ ਹੈ ਔਰ ਜੇ ਗੋਹੇ ਵਗੈਰਾ ਵੀ ਪੜੇ ਜੇ ਵੀ ਨੀਚੇ ਲੈ ਕੇ ਜਾਏਂਗੇ ਵਰਨਾ ਗਿੱਲੇ ਹੋ ਜਾਏਂਗੇ ਸਾਰੇ ਜੇ ਪੁਦੀਨੇ ਕੋ ਪਾਣੀ ਡਾਲਣ ਵਾਲਾ ਹੈ ਤੋ ਅਭੀ ਚਲਦੀ ਹਾਂ ਨੀਚੇ ਐਲੋਵੇਰਾ ਵੀ ਬਾਰਿਸ਼ ਦੀ ਵਜ੍ਹਾ ਸੇ ਕੁਛ ਠੀਕ ਹੋਇਆ ਹੈ ਨੀਚੇ ਚਲਤੀ ਹੂੰ ਬਾਕੀ ਕਾਮ ਕਰਤੀ ਹੂੰ ਬਾਅਦ ਮੈਂ ਆ ਕੇ ਗਰਮੀ ਆ ਰਹੀ ਕਿਤਨੀ ਵੀ ਕਿਤਨਾ ਪਿਆਰਾ ਲੱਗ ਰਿਹਾ ਵਾ ਵੀ ਸਬਜ਼ ਸਬਜ਼ ਮਗਰਬ ਕੀ ਅਜ਼ਾਨ ਹੋ ਚੁੱਕੀ ਚੱਲ ਕੇ ਨੀਚੇ ਨਮਾਜ਼ ਪੜ੍ਹਦੀ ਹਾਂ ਅਭੀ ਖਾਣਾ ਖਾ ਲਿਆ ਸਾਫ਼ ਸਫਾਈਆਂ ਸਾਰੀ ਕਰ ਲਈ ਹੈ ਉਹ ਵੀ ਆਪਣੇ ਭੈਣ ਭਾਈਓ ਕੇ ਸਾਥ ਸ਼ੇਅਰ ਕਰਤੀ ਹੂੰ ਕਿ ਸਾਰੇ ਕਮਰੇ ਸਾਫ਼ ਸੁਥਰੇ ਹੋ ਚੁੱਕੇ ਹੈ ਅਭੀ ਜੀ ਸ਼ੁਕਰ ਹੈ ਅੱਲਾ ਪਾਕ ਕਾ ਜੇ ਕਮਰਾ ਸਾਫ਼ ਸੁਥਰਾ ਹੋ ਗਿਆ ਤਾਂ ਕੁਛ ਸਕੂਨ ਆਇਆ ਵਰਨਾ ਬਹੁਤ ਜ਼ਿਆਦਾ ਨਾ ਦਿਲ ਕੋ ਕੁਛ ਹੋ ਰਿਹਾ ਥਾ ਤੋ ਜੇ ਕੱਪੜੇ ਵਗੈਰਾ ਇਤਨੇ ਕੇ ਪ੍ਰੈਸ ਕਰਕੇ ਰੱਖੇ ਹੋਏ ਹੈ ਬਾਕੀ ਹੈਂਗਰ ਵੀ ਕਮ ਹੈ ਕੁਛ ਹੈਂਗਰ ਪੜੇ ਹੈ ਅਭੀ ਬਾਕੀ ਜੋ ਤਾਰ ਪੇ ਕੱਪੜੇ ਹਨ ਉਹ ਸੂਕਦੇ ਹੈ ਤਾਂ ਫਿਰ ਬਾਕੀ ਜੋ ਰਹਿਤੀ ਹੈ ਬਾਅਦ ਮੈਂ ਕਰੂੰਗੀ ਕਮਰਾ ਸਾਫ਼ ਸੁਥਰਾ ਹੋ ਗਿਆ ਮੈਮਾ ਕਿਆ ਕਰ ਰਹੀ ਹੈ ਮੈਮਾ ਕੋਈ ਇਤਨੀ ਜ਼ਿਆਦਾ ਇਸ ਕੀ ਤਬੀਅਤ ਖਰਾਬ ਹੈ ਅਭੀ ਚਨੇ ਨਿਕਾਲੇ ਚਨੇ ਕਾ ਸ਼ੋਰਬਾ ਬਣਾਇਆ ਇਨਕੇ ਲੀਏ ਤੋ ਕਹਿਤੀ ਅਭੀ ਚਨੇ ਖਾਣੇ ਕੋ ਦਿਲ ਕਰ ਰਹਾ ਹੈ ਤੋ ਵੈਸੇ ਇਨਕਾ ਪੇਟ ਦਰਦ ਕਰਨਾ ਹੈ ਕੋ ਹਟਤਾ ਨਹੀਂ ਹੈ ਤੋ ਅਭੀ ਇਸ ਕੋ ਬਹੁਤ ਜ਼ਿਆਦਾ
ਚਨੇ ਖਾਣੇ ਕੀ ਪੜੀ ਹੈ ਫਿਰ, ਹੈ ਨਾ, ਇਸ ਤਰ੍ਹਾਂ ਹੀ ਹੈ ਨਾ। ਤੋ ਮਾਮਾ ਮੇਰੀ ਕਹਿ ਰਹੀ ਹੈ ਕਿ ਮਾਮਾ ਜੀ ਜਲਦੀ ਕਰੋ, ਮੇਰੇ ਕੱਪੜੇ ਪੂਰੇ ਇਧਰ ਨਾ ਹੈਂਗਰ ਕਰਕੇ ਨਾ ਪ੍ਰੈਸ ਕਰਕੇ ਰੱਖ ਦਿਓ, ਬਾਕੀ ਕਿਸੇ ਕੋ ਹੋ ਨਾ ਹੋ, ਬਸ ਜਲਦੀ ਕਰੋ। 8 ਸੂਟ ਹੋ ਗਏ ਆਪਕੇ, ਚਲੋ ਬੜੀ ਬਾਤ ਹੈ। ਕੱਲ 9 ਬਣੇ ਸੀਗੇ ਵਰਦੀ ਵਿੱਚ ਪਾ ਕੇ, ਅੱਜ ਵਰਦੀ ਕੱਢ ਲਈ ਗਈ ਨਾ, ਦੋਨੇ ਵਰਦੀਆਂ ਤੇਰੀਆਂ ਧੋਤੀਆਂ। ਚਲੋ ਫਿਰ ਹੁਣ ਰਹੀਮ ਜੀ ਖਾਣਾ ਛਾਣਾ ਖਾ ਕੇ ਨਾ ਮਲਾਈ ਨੂੰ ਜਾਗ ਲਗਾਇਆ ਅਸੀਂ, ਅਤੇ ਹੁਣ ਮੈਂ ਕਿਹਾ ਰਿੜਕ ਲਈਏ ਇਹਨੂੰ, ਅਤੇ ਸੁਬਹਾ ਵਾਸਤੇ ਮੱਖਣ ਬਣ ਜਾਏਗਾ ਇਸ ਵਾਸਤੇ, ਉਹ ਸਾਰਾ ਦਿਨ ਟਾਈਮ ਨਹੀਂ ਲੱਗਾ, ਮਸ਼ੀਨ ਲਗਾਈ ਹੋਈ ਸੀ, ਕੋਈ ਬੱਚੇ ਦੀ ਤਬੀਅਤ ਠੀਕ ਨਹੀਂ ਸੀ, ਸਮੀਰ ਕਬੀਰਾ ਮੈਮਾ ਦੀ ਇਸ ਵਾਸਤੇ, ਅਤੇ ਹੁਣ ਜਾਗ ਲਗਾ ਕੇ ਰੱਖਿਆ ਸੀ ਮੈਂ ਕਿਹਾ ਬੱਚਿਆਂ ਨੂੰ, ਹੁਣ ਚਾਰ ਪਾਈਆਂ 'ਤੇ ਲੁਟਾਇਆ ਵੀ ਤੁਸੀਂ ਟੀ ਵੀ 'ਤੇ ਕੋਈ ਅਤੇ ਲੇਟ ਕੇ ਅਤੇ ਮੈਂ ਆਪਣਾ ਕੰਮ ਕਰ ਲਾਂ, ਅਤੇ ਹੁਣ ਜੀ ਅਸੀਂ ਬਾਲਟੀ ਬਿਲਕੁਲ ਫੁੱਲ ਹੋ ਗਈ ਸੀ, ਅਤੇ ਇਸ ਵਾਸਤੇ ਦੇਸਕੀ 'ਚ ਪਾ ਕੇ ਮੈਂ ਕਿਹਾ ਰਿੜਕ ਲੈਂਦੇ, ਨਾਲ ਠੰਡਾ ਪਾਣੀ ਪਾਉਂਦੇ ਹਾਂ, ਕਿਉਂਕਿ ਪਹਿਲੇ ਸੀ ਮੱਝ ਦਾ ਦੁੱਧ ਹੁੰਦਾ ਸੀ ਅਤੇ ਹੁਣ ਇਹ ਗਾਵਾਂ ਦਾ, ਅਤੇ ਗਾਵਾਂ ਦੇ ਜ਼ਿਆਦਾ ਠੰਡਾ ਪਾਣੀ ਪਾਈਏ ਤਾਂ ਫਿਰ ਘੀ ਜ਼ਿਆਦਾ ਇਕੱਠਾ ਹੁੰਦਾ, ਨਹੀਂ ਤਾਂ ਬਿਲਕੁਲ ਤੇਲ ਜਿਹਾ ਬਣਦਾ ਰਹਿੰਦਾ। ਮੱਝਾਂ ਦਾ ਜਿਹੜਾ ਮੱਖਣ ਹੁੰਦਾ ਉਹ ਬਿਲਕੁਲ ਸਫੇਦ ਹੁੰਦਾ, ਅਤੇ ਗਾਵਾਂ ਦਾ ਜਿਹੜਾ ਪੀਲਾ ਪੀਲਾ ਥੋੜ੍ਹਾ ਥੋੜ੍ਹਾ ਹੁੰਦਾ। ਅੱਛੀ ਤਰ੍ਹਾਂ ਅਸੀਂ ਇਹਨੂੰ ਰਿੜਕ ਲੈਂਦੇ ਹਾਂ,